नादरीन कहते हैं कि सफर की हालत में बंदा मौत के मुंह में होता है लेकिन यह भी सच है कि अगर यह सफ़र पाकिस्तान की सड़कों पर किया जाए तो बंदे का सफर और मूड उस वक्त खुशगवार हो जाता है जब हमारी नजर अचानक अपने से आगे जाने वाली गाड़ी के पीछे लिखे किसी दिलचस्प जुमले पर पड़ती है ये जुमले पाकिस्तानी सकाफत और गाड़ी मालकान के मजाज के आकाश तो होते ही हैं, साथ में दीगर मुसाफरों के लिए तफरी का भी एक बहुत बड़ा जरिया बन जाते हैं तो आइए इन जुमलों से आप भी महजूज हों लेकिन इससे कबल एक छोटी सी गुजारिश के काशमल स्टूडियो चैनल का मकसद परेशानियों के इस दौर में आपको साफ सुथरी तफरी फराम करना है हमारे इस मिशन में साथ देते हुए काशमल स्टूडियो को अभी ऐसी सब्सक्राइब कर लीजिए ਦੀਏ ਔਰ ਸਾਥ ਮੇ ਬੈਲ ਆਈਕਨ ਕੋ ਵੀ ਪ੍ਰੈਸ ਕਰ ਦਿਜੀਏ ਇਸ ਤਰ੍ਹਾਂ ਆਪਕੋ ਹਮਾਰੀ ਹਰ ਆਨੇ ਵਾਲੇ ਵੀਡੀਓ ਸਭ ਤੋਂ ਪਹਿਲੇ ਦੇਖਣੇ ਕੋ ਮਿਲੇਗੀ ਆ ਤੇਰੇ ਜਨ ਕੱਡਾਂ ਅੱਗ ਲਾਰੇ ਤੇ ਬਾਂਬ ਡਰਾਈਵਰ ਰੋਲ ਤੱਕ ਗਏ ਆ ਪਰ ਚਸ ਬੜੀ ਆਈਏ ਔਕਾਤ ਵਿੱਚ ਰੱਖੀ ਮਾਲਕਾ ਹਵਾਵਾਂ ਵਿੱਚ ਤੇ ਪਹਿਲੇ ਹੀ ਬੜੇ ਨੇ ਬਸ ਜਾ ਤੂੰ ਇੱਕ ਗਾੜੀ ਕੇ ਪਿੱਛੇ ਲਿਖਾਤਾ ਮੈਂ ਵੱਡੀ ਹੋ ਕੇ ਬੱਸ ਬਣਾਂਗੀ ਖੈਰ ਨਾਲ ਜਾ ਤੇ ਖੈਰ ਨਾਲਾ ਟੈਨਸ਼ਨ ਨਾ ਮਾਰੋ ਗੋਲੀ 6 ਦਿਨ ਵਿਲੇ ਤੇ ਜੁਮੇ ਦੀ ਛੁੱਟੀ ਪਰੇਸ਼ਾਨ ਨਾ થੀ ਮੈਂ ਵੱਲਾ ਸਾਂ ਤੂੰ ਲੰਘ ਜਾ ਸਾਡੇ ਖੈਰ ਮਾਂ ਦੀ ਦੁਆ ਜੰਨਤ ਦੀ ਅਵਾ ਤੇ ਪਿਓ ਦੀ ਬਾਦ ਦੁਆ ਚੱਲ ਬੁੱਤੋ ਰੱਖਸ਼ਾ ਚਲਾ ਨਸੀਬ ਆਪੋ ਆਪਣਾ ਲੋਕੀ ਤੇੜਾ ਬਹੁਤ ਪੁੱਛਦੇ ਨੇ ਵੇਲੇ ਅਸੀਂ ਟੈਨਸ਼ਨ ਲੋਕਾਂ ਨੂੰ ਸਾਨੂੰ ਇਲਮ ਹੈ ਦੁਨੀਆ ਫਿਲਮ ਹੈ ਪਿਆਰ ਤੇ ਕਰ ਪਰ ਤਨਹਾਈ ਬੜੀ ਥੋੜੀ ਹੈ ਸ਼ੌਕ ਦਾ ਕੋਈ ਮੁੱਲ ਨਹੀਂ ਜ਼ਿੱਦ ਨਾ ਕਰ ਗੁਜ਼ਾਰਾ ਬੜਾ ਦਿੱਤੀ ਪਾਸ ਕਰ ਜਾਂ ਬਰਦਾਸ਼ ਕਰ ਰਾਂਈ ਦਾ ਖੜਾਕ ਸਾਰੇ ਲੱਬੇ ਨਾ ਲੱਬੇ ਸਬੀੜ 190 ਜਾਨੀ ਜਾ ਗੁਜਰ ਤੇ ਮੇਰਾ ਹੈ ਰਾਜਾ ਪਾਕਿਸਤਾਨੀ ਰਾਂਝੇ ਦਾ ਟਰੱਕ ਅਸੀਂ ਦਿਲ ਦਿੱਤਾ ਦਿਲਦਾਰ ਸਮਝ ਕੇ ਤੁਸੀਂ ਖਾ ਕੇ ਨਸਵਾਰ ਸਮਝ ਕੇ ਜ਼ਾਲਮਾ ਵੇ ਜ਼ਰਾ ਨੇੜੇ ਤੇ ਆ ਬਾਬਾ ਜੀ ਮਸਤ ਜ਼ਬਰਦਸਤ ਚਲੀ ਜਾ ਰਹੀ ਹੈ ਖੁਦਾ ਕੇ ਸਹਾਰੇ ਸਾਡੇ ਤੇਨੇ ਬਸ ਦੋ ਹੀ ਸ਼ੌਕ ਸੋਹਣੀ ਗੱਡੀ ਤੇ ਸੋਹਣੇ ਲੋਕ ਇਨਸ਼ਾਅਲਾ ਨਜ਼ਰ ਨਾ ਲੱਗੇ ਸਾਨੂੰ ਛੱਡ ਦੇ ਯਾ ਨਖਰੇ ਛੱਡ ਦੇ ਤੇਰੇ ਵਰਗੇ ਕਈ ਸੋਹਣੇ ਮੈ ਪਿੱਛੇ ਛੱਡਿਆ ਆ ਨਹੀਂ ਸੱਜਣਾ ਵਫਾ ਕੀਤੀ ਬਸ ਕਰ ਸੋਹਣਾ ਬਸ ਕਰ ਕੋਈ ਇੰਜ ਦਾ ਜਾਦੂ ਕਰ ਢੋਲਾ ਤੂੰ ਯਾਦ ਕਰੇ ਮੇ ਕੋਲ ਹੋਵਾ ਯਾ ਕਿਸੇ ਦੇ ਸੱਜਣ ਬਣੋ ਯਾ ਦੁਸ਼ਮਣ ਪਰ ਚੰਚਾ ਕਿਸੇ ਦਾ ਨਾ ਬਣੋ ਲੁੱਟ ਲੁੱਟ ਕੇ ਖਾ ਪਰ ਛੱਡ ਕੇ ਨਾ ਜਾ ਅਸਾਂ ਨਿਤ ਦੇ ਯਾਰ ਮੁਸਾਫਰ ਹਾਂ ਸਾਡਾ ਪੰਧ ਮੁਕਾ ਅਸੀਂ ਥੱਕ ਗਏ ਹਰ ਸੰਗਤੀ ਯਾਰ ਨਹੀਂ ਮਖਲਸ ਹੁੰਦਾ ਬਸ ਸ਼ਾਕ ਕਰ ਗੱਲ ਕਿਸਮਤ ਦੀ ਏ ਸਾਡਾ ਯਾਰ ਹੁੰਦਾ ਅਸੀਂ ਕਿਉਂ ਰੁੱਲਦੇ ਸ਼ਾਲਾ ਬਖਤ ਬੁਲੰਦ ਹੋ ਗਈ ਹੁਣ ਆਰਾਮ ਹੈ ਹੁਣ ਤੇ ਖੁਸ਼ ਬਸ ਸ਼ੱਕ ਕਰ ਫਰਕ ਮਿਆਦ ਦਾ ਹੈ ਮੈਂ ਅੱਜ ਰੋਣਾ ਤੂੰ ਕੱਲ ਰੋਸੇ ਜਲਦੀ ਕਰ ਟਾਈਮ ਕੋ ਨੀ ਸ਼ਰਮੀਲੀ ਨਾ ਗਨ ਅੱਜ ਮੋੜ ਟੋਲਾ ਤੂੰ ਪਉ ਯਾਦ ਆਇ ਨਹੀਂ ਵਸਦੇ ਘਰ ਬਦਨੀਤਾਂ ਦੇ ਬਦਲ ਦਿੱਤਾ ਐ ਮੈਂ ਤਕਦੀਰ ਦਾ ਨਕਸ਼ਾ ਕੋਈ ਕੰਮ ਰਾਸ ਨਹੀਂ ਆਇਆ ਤਾਂ ਸ਼ੁਰੂ ਕਰ ਦਿੱਤਾ ਰਖਸ਼ਾ ਨਾ ਅਮੀਰਾਂ ਦੀ ਗੱਲ ਐ ਨਾ ਗਰੀਬਾਂ ਦੀ ਗੱਲ ਐ ਸਾਡੇ ਨਾਲ ਯਾਰੀ ਲਾਣਾ ਨਸੀਬਾਂ ਦੀ ਗੱਲ ਐ ਲੱਗਦਾ ਐ ਨਵਾਂ ਐ ਸੋਹਣਾ ਹਾਏ ਨਹੀਂ ਕਸਮ ਤੇ ਮੇਰਾ ਐ ਜ਼ਮਾਨੇ ਦੇ ਲੋਕਾਂ ਨੂੰ ਮੇਰਾ ਚੈਲੰਜ ਐ ਸ਼ਾਕਰ ਕੋਈ ਸੱਜਣਾ ਨੂੰ ਲੁੱਟ ਕੇ ਮਹੱਲ ਪਾ ਵਿਖਾਵੇ ਸਾਨੂੰ ਸ਼ਾਕਰ ਮੌਤ ਦੀ ਧਮਕੀ ਨਾ ਦੇ ਸਾਡਾ ਜੀਵਨ ਮੌਤ ਤੋਂ ਘੱਟ ਕੋਈ ਨਹੀਂ ਏਡੇ ਓਕੇ ਪਾਂਦੇ ਵਿੱਚ ਛੱਡ ਦਿੱਤਾ ਨਾ ਰਾਹ ਮੁਕਦਨ ਨਾ ਸਾਹ ਮੁਕਦਨ ਰੁਕ ਜਾ ਜ਼ਾਲਮ ਰੱਜ ਕੇ ਵੇਖਣ ਦ ਦੇ ਜੀ ਢੋਲਾ ਜੀ ਮੈਨੋ ਤੇ ਮੇਰੀ ਰਹਿਮਤ ਤੇਰੀ ਕਰ ਮਜ਼ਦੂਰੀ ਤੇ ਖਾ ਚੋਰੀ ਸਾਡਾ ਆਪਣਾ ਯਾਰ ਜੋ ਸੋਹਣਾ ਐ ਅਸੀਂ ਕਿਸੇ ਦੇ ਯਾਰ ਨੂੰ ਕੀ ਕਹਿਣ ਆਇਆ ਮਦਾ ਤਬਦੀਲੀ ਦਾ ਸੜਿਆ ਨਾ ਕਰ ਦੁਆ ਕਰ ਇੱਕ ਦੁੱਖ ਸਜਣਾ ਦਾ ਦੂਜਾ ਬਿਜਲੀ ਨੇ ਤੰਗ ਕੀਤਾ ਮੁਨਾਫਕਾਂ ਤੋਂ ਬਾਅਦ ਚ ਦੁਸ਼ਮਣੀ ਦੀ ਖੈਰ ਹੈ ਪੈਸੇ ਮੁੱਕ ਗਏ ਸੱਜਣ ਰੁੱਸ ਗਏ ਪੱਪੂ ਯਾਰ ਤਾਂਗ ਨਾ ਕਰ ਪੱਤੇ ਤੋਂ ਮੰਗਾ ਦੇ ਚਾਹ ਮੈਂ ਬਕਾਨੀ ਆ ਜਿੱਥੇ ਚਾਹ ਹੋਵੇ ਉਥੇ ਡੋਲਦੀ ਜ਼ਰੂਰ ਹੈ ਜਿਨੇ ਪਿਓ ਨੂੰ ਸਤਾਇਆ ਉਹਨੇ ਰਖਸਾ ਹੀ ਚਲਾਇਆ ਹਾਲ ਮੌਸਮ ਦਾ ਤੇ ਗੱਲ ਵੇਲੇ ਦੀ ਅੱਛਾ ਤੇ ਅਸੀਂ ਹੁਣ ਕੌਣ ਹੋ ਗਏ ਪੰਗਾ ਇਹ ਨਾਟ ਚੰਗਾ ਆਵਾਂਗੇ ਹਵਾ ਬਣ ਕੇ ਦੰਦ ਨਾ ਕੱਢ ਪੈਸੇ ਕੱਢ नाजरीन वीडियो अभी खत्म नहीं हुई जाने से पहले हमारा आपसे एक सवाल है कि अगर अल्लाह ने आपको गाड़ी दे रखी है या में गाड़ी खरीदना चाहते हैं तो आप अपनी गाड़ी पर कौन सा दिलचस्प जुमला लिखवाना पसंद करेंगे नीचे कमेंट बॉक्स में जरूर बताइएगा और इसके साथ ही वीडियो देखने का बहुत शुक्रिया हमारे इस चैनल पर ऐसी और भी कई मजेदार वीडियो मौजूद है अभी सब्सक्राइब करके और साथ में बेल आइकॉन को प्रेस करके काली स्टूडियो फैमिली का हिस्सा बन जाइए जल्द मिलते हैं ਇੱਕ ਨਵੀਂ ਵੀਡੀਓ ਦੇ ساتھ ਅੱਲਾ ਹਾਫਿਜ਼ ਹੋ